ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ। ਅਸੀਂ ਲਗਾਤਾਰ ਪਿਛਲੇ 3 ਮਹੀਨਿਆਂ ਤੋਂ, ਕੱਲ੍ਹ ਨੂੰ ਸਾਨੂੰ 3 ਮਹੀਨੇ ਹੋ ਜਾਣੇ, 25 ਤਰੀਕ ਨੂੰ ਅਸੀਂ ਇੱਥੋਂ ਗਏ ਸੀ ਅਤੇ ਰਾਤ ਮੈਂ ਵਾਪਸ ਇੱਥੇ ਆਇਆ ਕਿਉਂਕਿ ਲਗਾਤਾਰ ਮੋਰਚੇ ਦੇ ਵਿੱਚ ਬੈਠੇ ਹਾਂ। ਮੋਰਚਾ ਜਿਹੜਾ ਮਤਲਬ ਕਾਫੀ ਮਤਲਬ ਅਸਾਰੂ ਢੰਗ ਨਾਲ ਚੱਲ ਰਿਹਾ। ਪਹਿਲਾਂ ਲੱਗਦਾ ਸੀ ਵੀ ਮੋਰਚਾ ਇਕੱਲੇ ਪੰਜਾਬ ਦਾ ਆ, ਫਿਰ ਮੋਰਚਾ ਕਹਿੰਦੇ ਇਕੱਲੇ ਹਰਿਆਣੇ ਦਾ ਤਾਂ ਪੰਜਾਬ ਦਾ ਹੋ ਗਿਆ। ਇਸ ਵੇਲੇ ਜਿਹੜਾ ਮੋਰਚਾ ਆ ਉਹ ਲਗਭਗ 52 ਸਟੇਟਾਂ ਦੇ ਵਿੱਚ ਫੈਲ ਚੁੱਕਾ ਆ, ਕਿਉਂਕਿ ਜਿਹੜਾ ਅਸੀਂ ਮਤਲਬ 18 ਤਰੀਕ ਨੂੰ ਜਿਹੜਾ ਰੇਲਾਂ ਜਾਮ ਕੀਤੀਆਂ, ਉਹ ਲਗਭਗ 1000 ਥਾਂ 'ਤੇ ਰੇਲ ਜਿਹੜੀ ਜਾਮ ਹੋਈ ਆ। ਇਸ ਕਰਕੇ ਮੋਰਚਾ ਅੱਗੇ ਨੂੰ ਵੱਧਦਾ ਜਾ ਰਿਹਾ। ਹੁਣ ਇਸ ਵੇਲੇ ਖੇਤੀ ਕਾਨੂੰਨਾਂ ਦੀ ਲੜਾਈ ਨਹੀਂ, ਲੜਾਈ ਇੱਦੋਂ ਗਾਂਹ ਵੱਧ ਗਈ ਅੱਗੇ। ਲੜਾਈ ਇਸ ਵੇਲੇ ਸਾਡੀ ਹੋਂਦ ਦੀ ਆ, ਲੜਾਈ ਇਸ ਵੇਲੇ ਸਾਡੇ ਬੱਚਿਆਂ ਦੇ ਭਵਿੱਖ ਦੀ ਆ। ਅੱਜ ਲੜਾਈ ਜਿਹੜੀ ਆ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸਾਡੀ ਲੜਾਈ ਆ, ਜਿਹਦੇ ਕਰਕੇ ਕਾਰਪੋਰੇਟ ਘਰਾਣਿਆਂ ਨੇ ਸਾਡਾ ਸਭ ਕੁਝ ਲੁੱਟ ਲਿਆ। ਪਹਿਲਾਂ ਹੌਲੀ ਹੌਲੀ ਸਾਡੇ ਸਕੂਲ ਲੁੱਟੇ, ਸਾਡੇ ਹਸਪਤਾਲ ਲੁੱਟੇ, ਸਾਡੀਆਂ ਸੜਕਾਂ ਲੁੱਟੀਆਂ, ਇੱਕ ਇੱਕ ਕਰਕੇ ਸਾਡੇ 29 ਦਾ 29 ਮਹਿਕਮੇ ਨਾਲ ਲੁੱਟੇ ਆ। ਅੱਜ ਉਹਨਾਂ ਨੂੰ ਬਚਾਉਣ ਦੀ ਲੜਾਈ ਆ। ਜੇ ਉਹ ਬਚਾਵਾਂਗੇ ਤਾਂ ਕੱਲ੍ਹ ਨੂੰ ਸਾਡੇ ਨਿਆਣੇ ਜਿਹੜੇ ਡਿਗਰੀਆਂ ਕਰਕੇ ਬੈਠੇ ਆ ਉਹਨਾਂ ਦੀ ਜਿਹੜੀ ਭਰਤੀ ਖੁੱਲੂਗੀ। ਇਸ ਕਰਕੇ ਜਿੰਨੀਆਂ ਵੀ 73 ਸਾਲਾਂ ਸਰਕਾਰਾਂ ਆਈਆਂ, ਸਾਰੀਆਂ ਸਰਕਾਰਾਂ ਨੇ ਕਿਰਤੀ ਲੋਕਾਂ ਦਾ ਘਾਣ ਕੀਤਾ ਔਰ ਸਾਰਾ ਕੁਝ ਸਾਡਾ ਲੁੱਟ ਕੇ ਲੈ ਗਿਆ। ਤੁਸੀਂ ਦੇਖ ਲਓ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਕੰਪਨੀਆਂ ਨੂੰ ਤੇਲ ਮੁਕਤ ਕਰਤਾ, ਜਿਹੜੀਆਂ ਡੀਜ਼ਲ ਪੈਟਰੋਲ ਦੀਆਂ ਕੰਪਨੀਆਂ ਆ। ਕਹਿੰਦੇ ਸੀ ਵੀ ਜਦੋਂ ਸਸਤਾ ਹੋਊਗਾ ਤੇਲ ਸਸਤਾ ਕਰਾਂਗੇ, ਜਦੋਂ ਮਹਿੰਗਾ ਹੋਊਗਾ ਮਹਿੰਗਾ ਕਰਾਂਗੇ। ਆ ਲੋਕਡਾਊਨ ਲੱਗ ਕੇ ਹਟਿਆ, ਜਦੋਂ ਸਰਕਾਰ ਨੇ ਸਾਡੇ ਮੂੰਹਾਂ ਦੇ ਉੱਤੇ ਛੁੱਕਣੀਆਂ ਦੇ ਦਿੱਤੀਆਂ, ਜਦਕਿ ਕਰੋਨਾ ਨਾਂ ਦੀ ਕੋਈ ਚੀਜ਼ ਹੀ ਨਾ ਸੀ। ਪਹਿਲਾਂ ਲੋਕਾਂ ਨੇ ਦੇਖੋ ਤੁਸੀਂ, ਕਿਸਾਨਾਂ ਨੇ ਜਿਹੜਾ ਪੰਜਾਬ 'ਚੋਂ ਕਰੋਨਾ ਖਤਮ ਕੀਤਾ, ਫਿਰ ਹਰਿਆਣੇ 'ਚੋਂ ਖਤਮ ਕੀਤਾ। ਜਿਹੜੇ ਕਹਿੰਦੇ ਵੀ 6-6 ਫੁੱਟ ਦੀ ਦੂਰੀ 'ਤੇ ਰਹਿਣਾ, ਤੁਸੀਂ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਮਜ਼ਾਰਾਂ ਦੇ ਵਿੱਚ ਬੈਠੇ ਆ, ਕਿਸੇ ਨੂੰ ਕਰੋਨਾ ਨਹੀਂ ਹੋਇਆ। ਇਸ ਕਰਕੇ ਜਾਣ ਬੁੱਝ ਕੇ ਕਰੋਨਾ ਦੇ ਨਾਂ 'ਤੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ਼ ਸਰਕਾਰ ਨੇ ਕਾਲੇ ਕਾਨੂੰਨ ਬਣਾਇਆ। ਜਿਹੜਾ ਕਾਲਾ ਕਾਨੂੰਨ ਸਾਡੇ ਮਜ਼ਦੂਰਾਂ ਨੇ 136 ਸਾਲ ਪਹਿਲਾਂ ਲੜ ਕੇ ਅਮਰੀਕਾ ਦੀ ਧਰਤੀ 'ਤੇ ਲਿਆ ਸੀ, ਉਹ ਮਤਲਬ ਜਿਹੜਾ 8 ਘੰਟੇ ਦੀ ਦਿਹਾੜੀ ਲਈ ਸੀ, ਸਰਕਾਰ ਨੇ ਉਹ 12 ਘੰਟੇ ਦੀ ਦਿਹਾੜੀ ਕਰਤੀ ਮਜ਼ਦੂਰਾਂ ਦੀ। ਇੱਦਾਂ ਹੀ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ 64,000 ਕਰੋੜ ਰੁਪਈਆ ਸਰਕਾਰ ਨੇ ਮਾਫ਼ ਕੀਤਾ, ਕਹਿੰਦੇ ਸਾਡੇ ਕੋਲ ਪੈਸਾ ਆਇਆ ਨਹੀਂ। ਮਾਫ਼ ਕਿਹਨਾਂ ਦਾ ਹੋਇਆ? ਲਲਿਤ ਮੋਦੀ ਵਰਗਿਆ, ਵਿਜੇ ਮਾਲੀਆ, ਬਾਬਾ ਰਾਮਦੇਵ, ਜਿਹੜਾ ਕਹਿੰਦਾ ਮੁਝੇ ਤਾਂ ਕੋਈ ਚਾਹੀਦਾ ਹੀ ਨਹੀਂ ਹੈ, ਕਹਿੰਦਾ ਹਮ ਤੋ ਇੱਕ ਧੋਤੀ ਹੈ ਗਲਗੋਟੀ, ਹੋਰ ਹਮਾਰੇ ਪਾਸ ਕੁਛ ਨਹੀਂ। 2207 ਕਰੋੜ ਰੁਪਈਆ ਉਹ ਬੇਈਮਾਨ ਦਾ ਮਾਫ਼ ਕੀਤਾ ਸਰਕਾਰ ਨੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਲੋਕਾਂ ਨੂੰ, ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਜਿਹੜਾ ਇਸ ਹਮਲੇ ਵੱਲ ਵਧਣਾ ਚਾਹੀਦਾ। ਲਗਾਤਾਰ ਅਸੀਂ ਜਿਹੜਾ ਹੁਣ ਜਿਹੜਾ ਗੁਰੂ ਰਵਿਦਾਸ ਦਾ 27 ਤਰੀਕ ਨੂੰ ਪੂਰੇ ਭਾਰਤ ਦਾ ਅਸੀਂ ਉਹ ਜਿਹੜਾ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਮਨਾ ਰਹੇ ਹਾਂ। ਬਹੁਤ ਸਾਰੇ ਸਾਡੇ ਨੌਜਵਾਨ, ਸਾਡੇ ਜਿਹੜੇ ਮਜ਼ਦੂਰ ਆ, ਉਹ ਕਾਫਲੇ ਬਣ ਕੇ ਦਿੱਲੀ ਨੂੰ ਜਾ ਰਹੇ ਆ। ਜਦੋਂ ਵੀ ਕਿਸੇ ਆ, ਕੱਲ੍ਹ ਅਸੀਂ ਚਾਚਾ ਜੀਤ ਸਿੰਘ ਦਾ 140 ਸਾਲਾਂ ਮਨਾ ਕੇ ਹਟੇ, ਜਿਹਦੇ ਵਿੱਚ ਉਹਨਾਂ ਨੇ ਮਤਲਬ ਪਹਿਲਾਂ ਲੜਾਈ ਸ਼ੁਰੂ ਕੀਤੀ ਵੀ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਹੋਏ, ਲੁੱਟ ਲਿਆ ਮਾਲ ਤੇਰਾ, ਲੁੱਟ ਲਿਆ ਮਾਲ ਹੋਏ, ਉਹਦਾ ਕੱਲ੍ਹ ਇਸ ਦਿਨ ਮਨਾ ਕੇ ਹਟੇ ਆ। ਅਤੇ ਕੱਲ੍ਹ ਨੂੰ ਸਾਡਾ ਜਿਹੜਾ 26 ਤਰੀਕ ਨੂੰ ਆ ਨੌਜਵਾਨਾਂ ਦਾ ਜਿਹੜਾ ਦਿਨ ਅਸੀਂ ਮਨਾਉਣਾ, ਪੂਰੇ ਨੌਜਵਾਨਾਂ ਨੇ, ਔਰ ਸਟੇਜ ਵੀ ਉਹਨਾਂ ਨੇ ਚਲਾਉਣੀ ਆ। ਅਤੇ 8 ਤਰੀਕ ਨੂੰ ਜਿਹੜਾ ਔਰਤ ਡੇ ਆ ਉਹ ਪੂਰਾ ਔਰਤਾਂ ਮਨਾਉਣਗੀਆਂ, ਅਤੇ ਉਹਦੇ ਵਿੱਚ ਅਸੀਂ ਜਿਹੜਾ ਜਿੱਦਾਂ ਜਿੱਦਾਂ ਵੀ ਕਿਸੇ ਗੁਰੂ ਦਾ, ਸਾਡੇ ਦਾ, ਸਾਡੇ ਰਹਿਬਰ ਦਾ, ਸਾਡੇ ਯੋਧਿਆਂ ਦੇ ਸ਼ਹੀਦੀ ਦਿਨ ਆਉਂਦੇ ਆ, ਜਨਮ ਦਿਨ ਆਉਂਦੇ ਆ, ਉਹ ਲਗਾਤਾਰ ਸੰਯੁਕਤ ਮੋਰਚੇ 'ਤੇ ਮਨਾ ਰਹੇ। ਅਸੀਂ ਅੱਜ ਇਕੱਠੇ ਹੋਏ ਹਾਂ ਜੋ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਔਰ ਮਾਰੂ ਕਾਨੂੰਨ ਲੋਕਾਂ ਦੇ ਲਈ, ਉਹਨਾਂ ਨੇ ਲੋਕਾਂ ਦੇ ਵਾਸਤੇ ਬਣਾਏ ਹੈਗੇ ਆ, ਉਹਨਾਂ ਦੇ ਵਾਸਤੇ ਅਸੀਂ ਆਮ ਜਨਤਾ ਦੇ ਨਾਲ ਸੜਕਾਂ 'ਤੇ ਉਤਰੇ ਹਾਂ। ਅੱਜ ਦਾ ਦੌਰ ਇੰਨਾ ਕੁ ਖਰਾਬ ਹੋ ਗਿਆ ਆ ਕਿ ਦੇਖੋ, ਆਮ ਬੰਦਾ ਇੱਕ ਕੰਮ ਕਰਦਾ ਹੈ ਕਰਦਾ, ਔਰ ਸਾਨੂੰ ਕੇਂਦਰ ਸਰਕਾਰ ਨੇ ਸੜਕਾਂ 'ਤੇ ਲਿਆ ਦਿੱਤਾ ਆ। ਪੜ੍ਹਿਆ ਲਿਖਿਆ ਵਰਗ ਜਾਂ ਅਨਪੜ੍ਹ ਵਰਗ ਆਪਾਂ ਕਹਿ ਲਈਏ, ਕਿਸੇ ਨੂੰ ਵੀ ਇਹਨਾਂ ਦੀਆਂ ਨੀਤੀਆਂ ਪਸੰਦ ਨਹੀਂ ਹੈਗੀਆਂ। ਔਰ ਜੋ ਇਹ ਔਰਤਾਂ ਦੇ ਖਿਲਾਫ ਕਹਿ ਲਈਏ ਜਾਂ ਦਲਿਤ ਔਰਤਾਂ ਦੇ ਖਿਲਾਫ ਕਹਿ ਲਈਏ, ਜੋ ਇਹ ਤਸ਼ੱਦਦ ਕਰਦੇ ਹੈਗੇ ਆ, ਯੂਪੀ ਦੇ ਵਿੱਚ ਜੋ ਸਪੈਸ਼ਲੀ ਅੱਜ ਕੱਲ੍ਹ ਹੋ ਰਿਹਾ ਹੈਗਾ ਆ, ਉਹ ਬਹੁਤ ਹੀ ਨਿੰਦਣਯੋਗ ਔਰ ਘਿਨਾਉਣਾ ਹੋ ਰਿਹਾ ਆ। ਇੱਕ ਤਰਫ ਤਾਂ ਇਹ ਇਹਨਾਂ ਦੇ ਹਿਸਾਬ ਦੇ ਨਾਲ ਇਹ ਮੰਨਦੇ ਆ ਕਿ ਹਾਂ ਔਰਤ ਦੇਵੀ ਹੁੰਦੀ ਹੈ, ਅਗਰ ਇਹਨਾਂ ਦੇ ਅਪਰੋਚ ਦੇ ਨਾਲ ਚੱਲੀਏ ਤਾਂ ਦੇਵੀ ਦੇ ਨਾਲ ਇੰਨਾ ਵੱਡਾ ਜ਼ੁਲਮ ਨਹੀਂ ਹੋਣਾ ਚਾਹੀਦਾ। ਸੰਵਿਧਾਨ ਦੇ ਵਿੱਚ ਔਰਤ ਨੂੰ ਇੱਕ ਬਰਾਬਰ ਦਾ ਹੱਕ ਦਿੱਤਾ ਗਿਆ ਆ ਬਾਬਾ ਸਾਹਿਬ ਦੇ ਵੱਲੋਂ, ਔਰ ਉਸ ਹੱਕ 'ਤੇ ਵੀ ਕਿਤੇ ਨਾ ਕਿਤੇ ਇਹ ਇਸ ਤਰ੍ਹਾਂ ਦਾ ਵਾਰ ਹੈਗਾ ਆ ਕਿ ਜਿਹੜਾ ਇਹ ਕਾਲੇ ਪੰਨਿਆਂ ਦੇ ਵਿੱਚ ਦਰਜ ਹੋ ਰਿਹਾ ਹੈਗਾ। ਅਸੀਂ ਅੱਜ ਜਿੰਨੇ ਵੀ ਇਕੱਠ ਦੇ ਵਿੱਚ ਸ਼ਾਮਿਲ ਹੋਏ ਹੈਗੇ ਆ,
ਉਹ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਆਪਣੇ ਕਾਲੇ ਕਾਨੂੰਨ ਵਾਪਸ ਲਓ, ਜੋ ਤੁਸੀਂ ਇਹ ਔਰਤਾਂ ਦੇ ਖਿਲਾਫ ਜੋ ਤਸ਼ੱਦਦ ਹੋ ਰਹੀ ਹੈਗੀ ਹੈ ਉਹਨੂੰ ਉਸ 'ਤੇ ਤੁਸੀਂ ਆਪਣਾ ਵਰਕ ਕਰੋ ਔਰ ਉਸ 'ਤੇ ਸਹੀ ਕਾਨੂੰਨ ਲੈ ਕੇ ਆਓ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮਾੜੀਆਂ ਘਟਨਾਵਾਂ ਹੈਗੀਆਂ ਆ ਉਹ ਅੱਗੇ ਤੋਂ ਨਾ ਵਾਪਰਨ। ਪੰਜਾਬ ਤੋਂ ਮੈਂ ਇਹ ਕਹਾਂਗਾ ਕਿ ਹਕੂਮਤ ਇਹ ਸਦਾ ਚਾਹੇ ਸਿਤਮ ਸਹੀਏ ਨਾ ਕੁਝ ਕਹੀਏ, ਹਕੂਮਤ ਇਹ ਸਦਾ ਚਾਹੇ ਸਿਤਮ ਸਹੀਏ ਨਾ ਕੁਝ ਕਹੀਏ, ਸਾਡਾ ਫਰਜ਼ ਬਣਦਾ ਹੈ ਸਦਾ ਹੀ ਜੂਝਦੇ ਰਹੀਏ, ਸਾਡਾ ਫਰਜ਼ ਬਣਦਾ ਹੈ ਸਦਾ ਹੀ ਜੂਝਦੇ ਰਹੀਏ। ਅਤੇ ਅੱਜ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਇਕੱਠੇ ਹੋਏ ਇੱਥੇ ਜੂਝਣ ਵਾਲੇ ਲੋਕਾਂ ਨੂੰ ਮੈਂ ਸਲਾਮ ਕਰਦਾ ਹਾਂ। ਇੰਨੀ ਗੱਲ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਹਾਂਗਾ ਕਿ ਇੱਥੇ ਹਿਟਲਰ ਕਈ ਆਏ, ਕਈ ਸਿਕੰਦਰ ਆਏ, ਉਹ ਵੀ ਤੁਰ ਗਏ। ਅਤੇ ਜਿਹਨਾਂ ਜਿਹੜੀ ਵੀ ਸਰਕਾਰ ਨੇ ਲੋਕ ਮਾਰੂ ਨੀਤੀਆਂ ਅਪਣਾਈਆਂ ਉਹ ਸਰਕਾਰ ਦਾ ਜਿਹੜਾ ਸੂਰਜ ਹੁੰਦਾ ਇੱਕ ਨਾ ਇੱਕ ਦਿਨ ਉਹ ਡੁੱਬ ਕੇ ਹੀ ਰਹਿੰਦਾ ਹੈ। ਅਤੇ ਅਸੀਂ ਮੋਦੀ ਸਰਕਾਰ ਨੂੰ ਵੀ ਇਹ ਤਾੜਨਾ ਕਰਦੇ ਹਾਂ ਕਿ ਉਹਦੇ ਰਾਜ ਦੇ ਵਿੱਚ ਦੇਸ਼ ਦੇ ਵਿੱਚ ਦਲਿਤਾਂ ਦੇ ਧੱਕੇਸ਼ਾਹੀ ਹੋ ਰਹੀ ਹੈ, ਔਰਤਾਂ ਨੂੰ ਮਹਿਲਾਵਾਂ ਨੂੰ ਜਿਹੜੇ ਜਬਰ ਜ਼ੁਲਮ ਆ ਕੀਤੇ ਜਾ ਰਹੇ ਨੇ, ਜਿਹੜਾ ਵੀ ਗਰੀਬ ਗੁਰਬਾ ਹੈ ਉਹਨੂੰ ਹੋਰ ਦੱਬਿਆ ਜਾ ਰਿਹਾ। ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹ ਜਿਹੜੀਆਂ ਆ ਵੀ ਧਨਾਡਾਂ ਦੀ ਹੀ ਚਿੰਤਾ ਹੈ ਕਿਸਾਨਾਂ ਦੀ ਨਹੀਂ ਚਿੰਤਾ, ਧਨਾਡਾਂ ਦੀ ਹੀ ਚਿੰਤਾ ਹੈ ਕਿਸਾਨਾਂ ਦੀ ਨਹੀਂ ਚਿੰਤਾ, ਧਨੀ ਸਰਕਾਰ ਨੂੰ ਮਜ਼ਲੂਮ ਜਾਨਾਂ ਦੀ ਨਹੀਂ ਚਿੰਤਾ। ਤਾਂ ਇਹ ਜਿਹੜੀ ਸਰਕਾਰ ਆ ਇਹਨੂੰ ਧਨਾਡਾਂ ਦੀ ਚਿੰਤਾ ਆ, ਇਹਨੂੰ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਆ। ਪਿਛਲੇ ਕਿੰਨੇ ਮਹੀਨਿਆਂ ਤੋਂ ਸਾਡੇ ਪੰਜਾਬੀ ਭਰਾ, ਸਾਡੇ ਕਿਸਾਨ ਭਰਾ ਜਿਹੜੇ ਦੇਸ਼ ਦੇ ਦਰੇ ਤੋਂ ਮਜ਼ਦੂਰ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਆ, ਇਹਨੂੰ ਸਰਕਾਰ ਨੂੰ ਉਹਨਾਂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ। ਪਰ ਅੱਜ ਅਸੀਂ ਜਲੰਧਰ ਦੇ ਵਿੱਚ ਵੀ ਇਸੇ ਗੱਲ ਦੇ ਤਹਿਤ ਅਸੀਂ ਇਕੱਠੇ ਹੋ ਕੇ ਅਲੱਗ ਅਲੱਗ ਜਥੇਬੰਦੀਆਂ ਦੇ ਅਸੀਂ ਸਾਰੇ ਵਰਕਰ ਸਮਰਥਕ ਇਕੱਠੇ ਹੋਏ ਹਾਂ। ਅਸੀਂ ਡੀਸੀ ਸਾਹਿਬ ਨੂੰ ਜਾ ਕੇ ਅਸੀਂ ਮੈਮੋਰੈਂਡਮ ਦੇਵਾਂਗੇ, ਅਸੀਂ ਰੋਸ ਮਾਰਚ ਕਰਦੇ ਹੋਏ ਬਾਜ਼ਾਰ ਦੇ ਵਿੱਚ ਵੀ ਜਾਵਾਂਗੇ। ਔਰ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਜੇ ਉਹਨੇ ਆਪਣੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਇਦੋਂ ਵੱਡੇ ਵੱਡੇ ਪ੍ਰੋਗਰਾਮ ਦੇ ਕੇ ਸਰਕਾਰ ਦਾ ਜਿਹੜਾ ਜੀਣਾ ਜਿਹੜਾ ਹਰਾਮ ਕਰ ਦਿਆਂਗੇ। ਜੈ ਭੀਮ, ਜੈ ਭਾਰਤ।